ਉਹ ਸਾਰਿਆਂ ਨੂੰ ਜੀ ਆਇਆਂ ਜੀ ਸਾਗੂ এডਿਕੇਸ਼ਨ ਦੇ ਵਿੱਚ ਅੱਜ ਆਪਾਂ ਪੰਜਾਬੀ ਨਾਟਕ ਦੇ ਪਿਤਾਮਾ ਕਹੇ ਜਾਣ ਵਾਲੇ ਈਸ਼ਵਰ ਚੰਦਰ ਨੰਦਾ ਜੀ ਉੱਪਰ ਚਰਚਾ ਕਰਨ ਵਾਲੇ ਆ ਜੋ ਸਟੂਡੈਂਟਸ ਨਵੇਂ ਜੁੜਿਆ ਜੀ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਇਸ ਦੇ ਨਾਲ ਜੋ ਨਵੀਂ ਵੀਡੀਓ ਆ ਉਹ ਤੁਹਾਡੇ ਕੋਲ ਸਮੇਂ ਸਿਰ ਪਹੁੰਚ जाया ਕਰੂਗੀ ਤੇ ਜੋ ਬੱਚੇ ਬੁੱਕ ਦਾ ਪੁੱਛ ਰਹੇ ਆ ਜੀ ਉਹਨਾਂ ਨੂੰ ਮੈਂ ਇਹੀ ਕਹਿ ਰਿਹਾ ਕਿ ਬੁੱਕ ਤੁਸੀਂ ਡਿਟੇਲ ਦੇ ਵਿੱਚ ਜੋ ਤੁਹਾਨੂੰ ਮਟੀਰੀਅਲ ਮਿਲਦਾ ਆਪਣੇ ਸਲੇਵਜ਼ ਦੇ ਨਾਲ ਮਿਲਾ ਕੇ ਉਸ ਨੂੰ ਯਾਦ ਕਰਦੇ ਰਹੋ ਜਿਨ੍ਹਾਂ ਨੂੰ ਕਾਫੀ ਮੁਸ਼ਕਲ ਲੱਗ ਰਿਹਾ ਉਹ ਤੁਸੀਂ ਇਹ ਕਰੋ ਕਿ ਬੁੱਕ ਮਾਰਕੀਟ ਦੇ ਵਿੱਚੋਂ ਆਪਣਾ ਸੁਪਰ ਤੇ 21st ਸੈਂਚਰੀ ਦੀ ਲੈ ਲਓ ਤੇ ਉਸ ਨੂੰ ਪੜ੍ਹਦੇ ਰਹੋ ਪੇਪਰਾਂ ਤੱਕ ਤੁਸੀਂ ਥੋੜਾ ਬਹੁਤ ਜਿੰਨਾ ਵੀ ਸਿਲੇਬਸ ਕਵਰ ਕਰ ਲੋਗੇ ਉਸ ਤੋਂ ਉਹ ਤੁਹਾਡੇ ਲਈ ਚੰਗਾ ਹੀ ਚੰਗਾ ਆਹ ਸਵਰਨ ਬੁੱਕ ਸਵਰਨ ਬੁੱਕ ਦੇ ਵਿੱਚ ਇੰਨਾ ਖਾਸ ਕੁਝ ਵੀ ਨਹੀਂ ਪੰਜਾਬੀ ਦੀ ਜੋ ਬੁੱਕ ਹੈ ਐਸਐਸਟੀ ਦੀ ਸਵਰਨ ਵਾਲੀ ਥੋੜੀ ਜਿਹੀ ਬੁੱਕ ਠੀਕ ਸੀਗੀ ਤੇ ਬੁੱਕ ਹਮੇਸ਼ਾ ਤੁਸੀਂ ਪੁਰਾਣੀ ਹੀ ਪੜਿਆ ਕਰੋ ਪਹਿਲਾਂ ਕਿਉਂਕਿ ਜੋ ਨਵੀਂ ਬੁੱਕ ਆਉਂਦੀਆਂ ਬੜੀਆਂ ਜਲਦਬਾਜੀ ਦੇ ਵਿੱਚ ਤੇ ਗਲਤੀਆਂ ਦੇ ਵਿੱਚ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਕਿਉਂਕਿ ਇਹ ਹੁੰਦਾ ਕਿ ਪੇਪਰ ਦੇ ਵਿੱਚ ਹੁਣ ਸਟੂਡੈਂਟਸ ਕਿਤਾਬਾਂ ਖਰੀਦਣਗੇ ਤੇ ਉਹਨਾਂ ਦੇ ਵਿੱਚ ਕਾਫੀ ਮਿਸਟੇਕ ਹੁੰਦੀਆਂ ਮਟੀਰੀਅਲ ਵੀ ਚੰਗਾ ਨਹੀਂ ਹੁੰਦਾ ਕਿਉਂਕਿ ਛੇਤੀ ਤੋਂ ਛੇਤੀ ਕੋਸ਼ਿਸ਼ ਕੀਤੀ ਜਾਂਦੀ ਹੈ ਮਾਰਕੀਟ ਵਿੱਚ ਸੱਟਣ ਦੀ ਇਹ ਸਾਰਾ ਕੁਝ ਇਤਿਹਾਸ ਦੇ ਵਾਂਗ ਹੀ ਹੁੰਦਾ ਜੀ ਬਦਲਣ ਵਾਲਾ ਤਾਂ ਨਹੀਂ ਕਰੰਟ ਤੁਸੀਂ ਪੜ੍ਹਨਾ ਹੁੰਦਾ ਉਹ ਤੁਸੀਂ ਡੇਲੀ ਸੱਤ ਵਾਲੀਆਂ ਖਬਰਾਂ ਸੁਣਿਆ ਕਰੋ ਹਰ ਰੋਜ਼ ਬੈਠਿਆ ਕਰੋ ਨਾਟਕਾਂ ਤੋਂ ਜਾਂ ਫਿਲਮਾਂ ਤੋਂ ਥੋੜਾ ਜਿਹਾ ਆਪਣਾ ਦੂਰੀ ਬਣਾ ਕੇ ਰੱਖੋ ਤੇ ਪੇਪਰ ਤੋਂ 10-15 ਦਿਨ ਪਹਿਲਾਂ ਮਾਰਕੀਟ ਦੇ ਵਿੱਚੋਂ ਜੋ ਕਰੰਟ ਜੀਕੇ ਵਾਲੇ ਰਸਾਲੇ ਹੁੰਦੇ ਆ 20 30 ਰੁਪਈਆ ਵਾਲੇ ਉਹ ਲੈ ਲਿਆ ਕਰੋ ਜੀ ਉਹ ਹਮੇਸ਼ਾ ਤੁਸੀਂ ਪੜਨ ਦੀ ਆਦਤ ਬਣਾਓ ਤੇ ਵੀਡੀਓ ਦੇ ਅੰਤ ਵਿੱਚ ਤੁਸੀਂ ਜੀ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਆ ਕਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਦੇ ਵਿੱਚ ਮੇਰੇ ਨਾਲ ਗੱਲਬਾਤ ਵੀ ਕਰਿਆ ਕਰੋ ਆਪਣੇ ਦਿਲ ਤੋਂ ਜੁੜ ਕੇ ਮੇਰੇ ਚੈਨਲ ਦੇ ਨਾਲ ਤੁਸੀਂ ਤਿਆਰੀ ਕਰੋ ਜੀ ਤੇ ਮੈਂ ਠੀਕ ਹੈ ਜੀ ਤੁਹਾਨੂੰ ਜੋ ਵੀ ਆਪਣੇ ਵੱਲੋਂ ਕੋਸ਼ਿਸ਼ ਕਰ ਰਿਆਂ ਤਿਆਰੀ ਕਰਵਾਉਣ ਦੀ ਮੈਂ ਆਪਣੇ ਵੱਲੋਂ ਬੈਸਟ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤੇ ਰੰਗ ਤੁਹਾਡੀ ਮਿਹਨਤ ਨੇ ਲੈ ਕੇ ਆਉਣਾ ਮੈਂ ਤਾਂ ਇੱਕ ਤੁਹਾਡਾ ਸਿਰਫ ਜਰੀਆ ਜੀ ਇੱਕ ਤੁਹਾਡੇ ਤੁਹਾਨੂੰ ਰਸਤਾ ਦਿਖਾਉਣ ਦੇ ਲਈ ਮੈਂ ਤਾਂ ਕੋਸ਼ਿਸ਼ ਕਰ ਰਿਹਾ ਹਾਂ ਮੰਜ਼ਿਲ ਤੁਸੀਂ ਆਪ ਪਾਉਣੀ ਆ ਪੜਾਈ ਤੁਸੀਂ ਆਪ ਕਰਨੀ ਆ ਤੁਹਾਡੀ ਮਿਹਨਤ ਹੀ ਅਖੀਰ ਤੇ ਰੰਗ ਲੈ ਕੇ ਆਵੇਗੀ ਤੇ ਠੀਕ ਹੈ ਜੀ ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ ਜੀ 404 ਨੰਬਰ ਆਪਰੇਸ਼ਨ ਤੇ ਪਹੁੰਚ ਚੁੱਕੇ ਹਾਂ ਪਿਛਲੇ ਆਪਰੇਸ਼ਨ ਜੋ ਆਪਾਂ ਕਰ ਚੁੱਕੇ ਆ 400 ਦੇ ਕਰੀਬ ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਕੇ ਫਿਰ ਤੁਸੀਂ ਮੇਰੇ ਨਾਲ ਚੱਲਿਆ ਕਰੋ ਜੀ ਜੋ ਨਵੇਂ ਸਟੂਡੈਂਟਸ ਜੁਟਦੇ ਆ ਆਈਸੀ ਨੰਦਾ ਦੀ ਪਹਿਲੀ ਇਕਾਂਗੀ ਕਿਹੜੀ ਹੈ ਦੁਲਹਨ ਜਿਸ ਦਾ ਨਾਮ ਹੈਗਾ ਸੁਹਾਗ ਇਹ ਇੱਕ ਇਕਾਂਗੀ ਦੇ ਨਾਮ ਹੈ ਇਹਨਾਂ ਉੱਪਰ ਵੀ ਆਪਰੇਸ਼ਨ ਪੁੱਛਿਆ ਜਾ ਸਕਦਾ ਤੁਹਾਨੂੰ ਕਿ ਦੁਲਹਨ ਦਾ ਦੂਸਰਾ ਨਾਮ ਕੀ ਆ ਸੁਹਾਗ 1913 ਦੇ ਵਿੱਚ ਇਹ ਲਿਖਿਆ ਸੀ ਨੰਦਾ ਨੇ ਇਕਾਂਗੀ ਤੇ ਵੈਰੀ ਵੈਰੀ ਇੰਪੋਰਟੈਂਟ ਵੀ ਹੈ ਜੀ ਇਹ ਅਪਰੇਸ਼ਨ ਤੇ ਇਸ ਤੋਂ ਬਿਨਾ ਇਸ ਕਾਂਗੀ ਨੇ ਪੋਜੀਸ਼ਨ ਹਾਸਲ ਕੀਤੀ ਸੀ ਪਹਿਲੀ ਜੋ ਮੁਕਾਬਲਾ ਕਰਾਇਆ ਗਿਆ ਸੀ ਉਹਦੇ ਵਿੱਚ ਪੋਜੀਸ਼ਨ ਸੀ ਫਸਟ ਆਈ ਸੀ ਨੰਦਾ ਦਾ ਪੂਰਾ ਨਾਟਕ ਸ਼ਾਮੂ ਸ਼ਾ ਕਿਸ ਦੁਆਰਾ ਲਿਖੇ ਮਰਚੈਂਟ ਆਫ ਵੈਨਸ ਉਪਰ ਆਧਾਰਿਤ ਹੈ ਇੱਕ ਪ੍ਰਸ਼ਨ ਤਾਂ ਬਹੁਤ ਵਾਰ ਪੁੱਛਿਆ ਜਾ ਚੁੱਕਿਆ ਹੈ ਕਿ ਨੰਦਾ ਦਾ ਸ਼ਾਮੂਸ਼ਾ ਨਾਟਕ ਕਿਸ ਨਾਟਕ ਉੱਪਰ ਆਧਾਰਿਤ ਹੈ ਮਰਚੈਂਟ ਆਫ ਵੈਨਸ ਪਰ ਆਪਾਂ ਯਾਦ ਕਰਕੇ ਜਾਵਾਂਗੇ ਕਿ ਮਰਚੈਂਟ ਆਫ ਵੈਨਸ ਸ਼ੈਕਸਪੀਅਰ ਦਾ ਲਿਖਿਆ ਹੋਇਆ ਨਾਟਕ ਹੈ ਆਈਸੀ ਨੰਦਾ ਦਾ ਪਹਿਲਾ ਪੂਰਾ ਨਾਟਕ ਕਿਹੜਾ ਸੀ ਪਹਿਲਾ ਪੂਰਾ ਨਾਟਕ ਸੀ ਸੁਭਦਰਾ 1920 ਦੇ ਵਿੱਚ ਇਹਨਾਂ ਨੇ ਲਿਖਿਆ ਵਿਚਾਲੇ ਗੈਪ ਹੈ ਜੀ 7 ਸਾਲ ਦਾ ਪਰ ਕੀ ਹੋਇਆ 1913 ਦੇ ਵਿੱਚ ਦੁਲਹਨ ਅਕਾਂਗੀ ਲਿਖਿਆ 1914 ਦੇ ਵਿੱਚ ਲਿਖਿਆ ਬੇਬੇ ਰਾਮਪਜਲੀ ਇਹਨਾਂ ਦਾ ਦੂਸਰਾ ਅਕਾਂਗੀ ਬੀ ਬਹੁਤ ਵਾਰ ਪੁੱਛਿਆ ਗਿਆ ਕਿ ਨੰਦਾ ਦਾ ਦੂਸਰਾ ਅਕਾਂਗੀ ਕਿਹੜਾ ਸੀ ਇਸ ਤੋਂ ਬਾਅਦ ਪਿਆ 6 ਸਾਲ ਦਾ ਗੈਪ 6 ਸਾਲ ਤੋਂ ਬਾਅਦ ਲਿਖਿਆ ਜੀ ਇਹਨਾਂ ਨੇ ਪੂਰਾ ਨਾਟਕ ਸੋਪਧਰਾ ਕਿਉਂਕਿ ਜੋ ਇਹਨਾਂ ਦਾ ਬੇਬੇ ਰਾਮਪਜਨੀ ਸੀ ਉਹਨੇ ਇੰਨੀ ਪ੍ਰਸਿੱਧੀ ਹਾਸਲ ਨਹੀਂ ਕੀਤੀ ਜਿੰਨੀ ਸੁਹਾਗ ਨੇ ਕੀਤੀ मां ਦਾ ਡੈਪਟੀ ਕਾਂਗੀ ਕਿਸ ਦੀ ਰਚਨਾ ਹੈ ਆਈਸੀ ਨੰਦਾ ਦੀ मां ਦਾ ਡੈਪਟੀ ਵੈਰੀ ਵੈਰੀ ਇੰਪੋਰਟੈਂਟ ਆਈਸੀ ਨੰਦਾ ਦੁਆਰਾ ਇਹ ਲਿਖਿਆ ਹੋਇਆ ਹੈ ਆਈਸੀ ਨੰਦਾ ਦੇ ਕਿਸ ਨਾਟਕ ਦਾ ਦੂਸਰਾ ਨਾਮ ਲਿੱਲੀ ਦਾ ਵਿਆਹ ਹੈ ਵਰਕਰ ਠੀਕ ਹੈ ਜੀ ਇਹ ਨਾਟਕ ਦਾ ਨਾਮ ਵੀ ਯਾਦ ਰੱਖੋ ਵਰਕਰ ਤੇ ਉੱਪਰ ਆਪਾਂ ਇੱਕਾਂਗੀ ਕਰਕੇ ਆਏ ਹਾਂ ਦੁਲਹਣ ਦਾ ਨਾਮ ਸੁਹਾਗ ਈਸ਼ਵਰ ਚੰਦਰ ਨੰਦਾ ਨੇ ਕਿਸ ਵਿਸ਼ੇ ਵਿੱਚ ਐਮਏ ਕੀਤੀ ਸੀ ਇਹ ਕੀਤੀ ਸੀ ਅੰਗਰੇਜ਼ੀ ਦੇ ਵਿੱਚ ਉਹ ਵੀ ਪਹਿਲੇ ਨੰਬਰ ਤੇ ਰਹਿ ਕੇ ਇਹਨਾਂ ਦਾ ਜੋ ਪਰਿਵਾਰ ਸੀ ਕਾਫੀ ਗਰੀਬ ਸੀ ਪਿਤਾ ਦੀ ਮੌਤ ਹੋ ਗਈ ਸੀ ਤੇ ਫਿਰ ਬਾਅਦ ਦੇ ਵਿੱਚ ਅੰਗਰੇਜ਼ੀ ਦੇ ਇਹੀ ਇਹ ਦਿਆਲ ਕਾਲਜ ਦੇ ਵਿੱਚ ਪ੍ਰੋਫੈਸਰ ਲੱਗ ਗਏ ਸੀ ਤੇ ਉੱਤੇ ਹੀ ਇਹਨਾਂ ਦੀ ਮੁਲਾਕਾਤ ਹੋਈ ਸੀ ਆਪਣਾ ਬੀਏ ਦੀ ਜਦੋਂ ਇਹ ਪੜ੍ਹਾਈ ਕਰ ਰਹੇ ਸੀ ਜੀ ਨੋਰਾ ਰਿਚਰਡ ਦੇ ਨਾਲ ਜਿਸ ਨੂੰ ਪੰਜਾਬੀ ਨਾਟਕ ਦੀ ਨਕਟ ਦਾਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਆਈਸੀ ਨੰਦਾ ਕਿਹੜੀ ਧਾਰਾ ਦਾ ਨਾਟਕਕਾਰ ਹੈ ਇਸ ਤਰ੍ਹਾਂ ਦਾ ਅਪਰੇਸ਼ਨ ਯਾਦ ਰੱਖਿਆ ਕਰੋ ਹਰ ਇੱਕ ਜੋ ਵੀ ਤੁਸੀਂ ਲੇਖਕ ਪੰਜਾਬੀ ਦਾ ਪੜਦੇ ਹੋ ਯਥਾਰਥਵਾਦੀ ਨਾਟਕਕਾਰ ਆਈਸੀ ਨੰਦਾ ਆਈਸੀ ਨੰਦਾ ਨੇ ਕਿਸ ਯੂਨੀਵਰਸਿਟੀ ਤੋਂ ਨਾਟਕ ਅਧਿਐਨ ਕੀਤਾ ਆਕਸਫੋਰਡ ਯੂਨੀਵਰਸਿਟੀ ਲੰਡਨ ਆਪਣੇ ਆਪ ਵਿੱਚ ਨਾਮ ਹੀ ਬਹੁਤ ਮਹਾਨ ਹੈ ਤੇ ਉਥੋਂ ਇਹਨਾਂ ਨੇ ਕੀਤੀ ਆਪਣੇ ਨਾਟਕ ਅਧਿਐਨ ਦੀ ਡਿਗਰੀ ਆਈਸੀ ਨੰਦਾ ਉੱਪਰ ਬਦੇਰੇ ਪ੍ਰਭਾਵ ਕਿਸ ਦਾ ਹੈ ਪ੍ਰਭਾਵ ਪੁੱਛਿਆ ਗਿਆ ਜੀ ਕਿਸ ਦਾ ਹੈ ਇਹ ਹੈ ਪੱਛਮੀ ਸਹਿਤ ਦਾ ਨੋਟ ਇਹ ਰੱਖੋ ਜਿਆ ਤੁਸੀਂ ਕਿ ਜੋ ਇਹਨਾਂ ਦੀ ਲਿਖਣ ਵਿਧੀ ਹੈ ਉਸ ਉੱਪਰ ਪ੍ਰਭਾਵ ਹੈ ਜੀ ਪੱਛਮੀ ਸਹਿਤ ਦਾ ਲੇਕਿਨ ਜੋ ਇਹਨਾਂ ਨੇ ਨਾਟਕਾਂ ਵਿੱਚ ਕਾਂਗੀਆਂ ਵਿੱਚ ਵਿਸ਼ਾ ਲਿਆ ਉਹ ਪੰਜਾਬੀ ਜਨਜੀਵਨ ਦੇ ਨਾਲ ਜੁੜਿਆ ਹੋਇਆ ਹੈ ਨਾਟਕ ਦਾ ਬੁਨਿਆਦੀ ਤੱਤ ਕੀ ਹੈ ਵੈਰੀ ਵੈਰੀ ਇੰਪੋਰਟੈਂਟ ਨਾਟਕ ਦਾ ਬੁਨਿਆਦੀ ਤੱਤ ਬਣਦਾ ਟੱਕਰ ਜਾਂ ਸੰਘਰਸ਼ ਆਪਾਂ ਨੰਦਾ ਦੇ ਨਾਲ ਇਹ ਪ੍ਰੇਸ਼ਨ ਇਸ ਲਈ ਲਿਆ ਕਿਉਂਕਿ ਨੰਦਾ ਨੇ ਟੱਕਰ ਜਾਂ ਸੰਘਰਸ਼ ਨੂੰ ਕਦੇ ਵੀ ਅੱਖੋਂ ਓਲੇ ਜਾਂ ਇਸ ਨੂੰ ਢਿੱਲਾ ਕਦੇ ਵੀ ਨਹੀਂ ਪੈਣ ਦਿੱਤਾ ਪੰਜਾਬੀ ਨਾਟਕ ਦੇ ਪਿਤਾਮਾ ਆਈਸੀ ਨੰਦਾ ਨੂੰ ਨਾਟਕ ਲਿਖਣ ਦੀ ਪ੍ਰੇਰਣਾ ਕਿਸੇ ਨੇ ਦਿੱਤੀ ਨੋਰਾ ਰਿਚਰਡ ਨੇ نوٹ ਤੁਹਾਨੂੰ ਇਹ ਕਰਵਾਉਣਾ ਸੀਗਾ ਜੀ ਕਿ ਜੋ ਨੋਰਾ ਰਿਚਰਡ ਆ ਇਹਨਾਂ ਦੇ ਉੱਪਰ ਪ੍ਰੇਸ਼ਨ ਪੁੱਛਿਆ ਜਾਂਦਾ ਕਿ ਪੰਜਾਬੀ ਨਾਟਕ ਦੀ ਨੱਕੜ ਦਾਦੀ ਪਿਤਾ ਦਾ ਬਹੁਤ ਵਾਰ ਸੁਣਿਆ ਹੈ ਪਰ ਅਸੀਂ ਪੜ ਰਹੇ ਹਾਂ ਦਾਦੀ ਆਈਸੀ ਨੰਦਾ ਦਾ ਦੂਜਾ ਅਕਾਂਗੀ ਕਿਹੜਾ ਸੀ ਦੂਜਾ ਅਕਾਂਗੀ ਸੀ ਬੇਬੇ ਰਾਮਪੱਜਨੀ 1914 ਦੇ ਵਿੱਚ ਆਈਸੀ ਨੰਦਾ ਦਾ ਜੀਵਨ ਸਮਾਂ ਕੀ ਹੈ 1892 ਯਾਨੀ ਕਿ 1900 ਤੋਂ ਵੀ ਪਹਿਲਾਂ ਦੀ ਹਸਤੀ ਹੈ ਜੀ ਇਹ ਤੇ 1965 ਦੇ ਵਿੱਚ ਯਾਨੀ ਕਿ ਆਜ਼ਾਦੀ ਉਜੂਦੀ ਦੇਖ ਕੇ ਪੂਰਾ ਦੇਸ਼ ਜਦੋਂ ਸੈੱਟ ਹੋ ਗਿਆ ਸੀ ਚੱਲ ਪਿਆ ਸੀ ਆਪਦੇ ਰਾਹ ਤੇ ਉਦੋਂ ਇਹਨਾਂ ਦਾ ਜੀਵਨ ਸਮਾਂ ਜਿਹੜਾ ਸਮਾਪਤ ਹੋ ਗਿਆ ਆਈਸੀ ਨੰਦਾ ਨੇ ਕਿੰਨੇ ਅਕਾਂਗੀ ਸੰਗ੍ਰਹਿ ਲਿਖੇ ਅਕਾਂਗੀ ਲਿਖੇ ਜੀ 3 ਤੇ ਪੂਰੇ ਨਾਟਕ ਲਿਖੇ 4 ਅਕਾਂਗੀ ਸਗਰਾਂ ਤੁਸੀਂ ਯਾਦ ਰੱਖੋ ਚਮਕਾਰੇ ਲਿਸ਼ਕਾਰੇ ਚਲਕਾਰੇ ਆਪਸ਼ਨਾਂ ਦੇ ਵਿੱਚ 4 ਦਿੱਤੇ ਹੋਣਗੇ ਅਕਾਂਗੀ ਸਗਰਾਂ ਇੱਕ ਮਿਲਦਾ ਜੁਲਦਾ ਨਾਂ ਆਪਣੇ ਕੋਲੋਂ ਬਣਾ ਕੇ ਪਾ ਦੇਣਗੇ ਜੀ ਇਹਨਾਂ ਵਿੱਚੋਂ ਕਿਹੜਾ ਆਈਸੀ ਨੰਦਾ ਦਾ ਅਕਾਂਗੀ ਸਗਰਾਂ ਨਹੀਂ ਤੁਸੀਂ ਤਿੰਨੇ ਯਾਦ ਰੱਖੋ ਚਮਕਾਰੇ ਲਿਸ਼ਕਾਰੇ ਚਲਕਾਰੇ ਤੇ ਜੋ ਇਹਨਾਂ ਦੇ ਚਾਰ ਪੂਰੇ ਨਾਟਕ ਹੈ ਉਹ ਵੀ ਯਾਦ ਕਰ ਲਓ ਆਪਾਂ ਯਾਦ ਕਰ ਲਿਆ ਜੀ ਸਾਮੂਸ਼ਾ ਵਰ ਘਰ ਵੀ ਯਾਦ ਕਰ ਲਿਆ ਜੀ ਇਸ ਤੋਂ ਬਾਅਦ ਹੈਗਾ ਸੁਭਦਰਾ ਇਹ ਵੀ ਆਪਾਂ ਉੱਪਰ ਯਾਦ ਕਰ ਲਿਆ ਤੇ ਲਾਸਟ ਤੇ ਬਚਦਾ ਸੋਸ਼ਲ ਸਰਕਸ ਜਿਸ ਉੱਪਰ ਪ੍ਰੇਸ਼ਨ ਪੁੱਛਿਆ ਜਾ ਸਕਦਾ ਕਿ ਸੋਸ਼ਲ ਸਰਕਸ ਕਿਸ ਦਾ ਪੂਰਾ ਨਾਟਕ ਹੈ ਈਸ਼ਵਰ ਚੰਦਰ ਨੰਦਾ ਇੱਕ ਸੁਹਾਗ ਕਾਂਗੀ ਦਾ ਵਿਸ਼ਾ ਕੀ ਹੈ ਇਹਦਾ ਵਿਸ਼ਾ ਹੈ ਪੂੰਜੀਵਾਦੀ ਸਮਾਜ ਵਿੱਚ ਸਮਾਜਿਕ ਬੁਰਾਈਆਂ ਠੀਕ ਹੈ ਜੀ ਸਮਾਜ ਖਬਰ ਆਈ ਆ ਇਹਦੇ ਵਿੱਚ ਜੋ ਪੇਸ਼ ਕੀਤੀ ਗਈ ਹੈ ਤੇ ਸਮਾਜ ਦਿਖਾਇਆ ਗਿਆ ਪੂੰਜੀਵਾਦੀ ਜੋ ਪੈਸੇ ਦੇ ਜ਼ੋਰ ਤੇ ਗਰੀਬਾਂ ਦੀਆਂ ਲੜਕੀਆਂ ਖਰੀਦ ਕੇ ਲੈ ਜਾਂਦੇ ਆ ਠੀਕ ਹੈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ